ਦੋਸਤੋ, ਇਹ ਕਹਾਣੀ ਹੈ ਇੱਕ ਉਸ ਇਮਾਨਦਾਰ ਸਰਪੰਚ ਦੀ ਜਿਸ ਦੀ ਇਮਾਨਦਾਰੀ ਕਈ ਵੱਡੇ ਲੀਡਰ ਅਤੇ ਨਸ਼ਾ ਤਸਕਰਾਂ ਨੂੰ ਚੋਭਣ ਲੱਗ ਪਈ ਸੀ, ਜਿਸ ਦਾ ਖਮਿਆਜ਼ਾ ਕਈ ਗਰੀਬ ਪਰਿਵਾਰਾਂ ਨੂੰ ਉਸਦੀ ਮੌਤ ਤੋਂ ਬਾਅਦ ਭੁਗਤਣਾ ਪਿਆ। ਨਾ ਹੁਣ ਸਾਨੂੰ ਤੂੰ ਦੱਸੇਗਾ ਕਿਹੜਾ ਬੰਦਾ ਗਲਤ ਹੈ, ਕਿਹੜਾ ਬੰਦਾ ਸਹੀ ਹੈ। ਪਰ ਸਰਦਾਰ ਜੀ, ਮੇਰੀ ਇਹੀ ਗਲਤੀ ਸੀ ਕਿ ਮੈਂ ਇਸ ਘਰ ਨੂੰ ਆਪਣਾ ਘਰ ਸਮਝ ਬੈਠਾ ਸੀਗਾ। ਮੈਂ ਤਾਂ ਇਹੀ ਕਿਹਾ ਸਰਦਾਰ ਜੀ ਕਿ ਆਪਣੇ ਛੋਟੇ ਸਰਦਾਰ ਜੀ ਦੀ ਗਲਤ ਬੰਦਿਆਂ ਨਾਲ ਉੱਠਣੀ ਪੈਣੀ ਹੈ ਜੀ। ਤੇਰੇ ਵਰਗੇ ਛੱਤੀ ਆਉਂਦੇ ਨੇ ਸਲਾਹਾਂ ਦੇਣ ਵਾਲੇ, ਤੂੰ ਸਲਾਹ ਦੇਣ ਵਾਲਾ ਆ ਗਿਆ ਵੱਡਾ, ਤੁਰਦਾ ਲੱਗ। ਅੱਜ ਰਾਣੀ ਦੇ ਪਾਪਾ ਜਲਦੀ ਆ ਗਏ। ਅੱਜ ਤੁਸੀਂ ਛੇਤੀ ਹੋ ਆ ਗਏ, ਗਏ ਨੀ ਸਰਦਾਰਾਂ ਦੇ ਕੰਮ ਤੇ। ਸਾਲਾ, ਨਾ ਮਾਲ ਮਿਲਦਾ ਨਾ ਮਾਲ ਉਤਰਦਾ, ਉਹ ਛੱਡ ਦਿਆ ਕਰ ਕਦੇ ਪੱਬਜੀ ਦਾ ਖੇੜਾ। ਓਏ ਆ ਮਾਲ ਨੂੰ ਛੱਡ, ਉਹ ਦੇਖ ਮਾਲ ਆਉਂਦਾ ਚੱਕ ਲਈਏ ਫਿਰ। ਓਏ ਤੂੰ ਚਲਾ ਗੱਡੀ, ਮੈਂ ਚੱਕਦਾ ਮਾਲ। ਠੀਕ ਹੈ।
ਆ ਗੱਲ ਸੁਣੀ ਕੁੜੀਏ, ਆ ਰਸਤਾ ਕਿੱਧਰ ਨੂੰ ਜਾਂਦਾ? ਯਾਰ ਰਸਤਾ ਜਖੇਪਲ ਨੂੰ ਜਾਂਦਾ। ਵੀਰੇ ਛੱਡ ਦੇ, ਵੀਰੇ ਛੱਡ ਦੇ, ਵੀਰੇ ਆ ਕੀ ਕਰੀ ਜਾਂਦਾ? ਮੰਮੀ, ਪਾਪਾ, ਮੰਮੀ, ਪਾਪਾ। ਮੇਰੀ ਧੀ ਨੂੰ ਬਚਾ ਲਿਆ ਤੈ, ਵਾਹ ਰੱਬਾ, ਜਿਹੋ ਜਿਹਾ ਬਾਪ ਓਹੋ ਜਿਹੇ ਨੇਕ ਪੁੱਤ। ਅੰਕਲ ਜੀ, ਤੁਸੀਂ ਮੇਰੇ ਬਾਪੂ ਜੀ ਨੂੰ ਜਾਣਦੇ ਸੀਗੇ? ਹਾਂ ਪੁੱਤ, ਓਹਨੂੰ ਕੌਣ ਨੀ ਸੀਗਾ ਜਾਣਦਾ। ਪੁੱਤਰਾ, ਤੇਰੇ ਪਿਓ ਵਰਗਾ ਕੋਈ ਇਮਾਨਦਾਰ ਬੰਦਾ ਨਹੀਂ ਸੀਗਾ ਪਿੰਡ 'ਚ। ਨਾਲ ਦੇ 25 ਪਿੰਡਾਂ 'ਚ ਸਰਦਾਰੀ ਸੀ ਉਹਦੀ। ਉਹਦੇ ਕੰਮ ਤੇ ਫੈਸਲੇ ਕੀਤੇ ਅੱਜ ਵੀ ਮੂੰਹ ਬੋਲ ਰਿਹਾ ਪੁੱਤਰਾ। ਤੇ ਉਸਦੇ ਹੁੰਦਿਆਂ ਨਸ਼ੇ ਦੀ ਕਦੇ ਪਿੰਡ ਵਿੱਚ ਚੂੰਡੀ ਨਹੀਂ ਸੀਗੀ ਵਿਕਦੀ। ਪੁੱਤ, ਧੀਆਂ ਦੀ ਇੱਜ਼ਤ ਲੁੱਟਣੀ ਤਾਂ ਬਹੁਤ ਦੂਰ ਦੀ ਗੱਲ ਸੀਗੀ। ਨਾਲੇ ਇੱਕ ਗੱਲ ਹੋਰ ਪੁੱਤ, ਤੇਰੇ ਪਿਓ ਦਾ ਐਕਸੀਡੈਂਟ ਨਹੀਂ ਹੋਇਆ ਸੀ, ਕਤਲ ਹੋਇਆ ਸੀਗਾ। ਕੀ ਮਤਲਬ ਤੁਹਾਡਾ? ਮੇਰੇ ਬਾਪੂ ਜੀ ਦਾ ਕਤਲ ਕਿਸਨੇ ਕੀਤਾ ਸੀ? ਇਹ ਉਹ ਮਨੂਸ ਰਾਤ ਦੀ ਗੱਲ ਆ ਪੁੱਤ, ਜਦ ਮੈਂ ਖੇਤਾਂ ਨੂੰ ਪਾਣੀ ਲਾ ਕੇ ਘਰ ਵਾਪਸ ਮੁੜਿਆ ਰਿਹਾ ਸੀ। ਕੋਈ ਨੀ ਪੁੱਤ, ਤੇਰਾ ਆਪਣਾ। ਸਿਕੰਦਰ ਦੇ ਵਾਰ ਵਾਰ ਪੁੱਛਣ ਦੇ ਬਾਵਜੂਦ ਵੀ ਘੁੱਦੇ ਨੇ ਉਹਨੂੰ ਇੱਕ ਵੀ ਗੱਲ ਦਾ ਜਵਾਬ ਨਾ ਦਿੱਤਾ, ਜੋ ਸਿਕੰਦਰ ਦੇ ਮਨ ਵਿੱਚ ਸੂਲਾਂ ਵਾਂਗੂ ਚੁੱਭਣ ਲੱਗ ਪਿਆ ਸੀ। ਆਖਿਰਕਾਰ ਸਿਕੰਦਰ ਗੁੱਸੇ ਵਿੱਚ ਆਪਣੇ ਘਰ ਆਉਂਦਾ ਹੈ। ਖਵਾ ਵੱਡਾ ਕਰਦੇ ਕੀ ਹੋਇਆ ਅੱਜ? ਮੇਰੇ ਪੁੱਤ ਨੂੰ ਕਿਵੇਂ ਦੀਆਂ ਗੱਲਾਂ ਕਰ ਰਹੇ ਹੈ? ਬੇਬੇ,
ਮੈਨੂੰ ਸਾਰਾ ਪਤਾ ਲੱਗ ਗਿਆ। ਬਾਪੂ ਜੀ ਦਾ ਐਕਸੀਡੈਂਟ ਨਹੀਂ ਕਤਲ ਹੋਇਆ ਸੀ। ਤੈਨੂੰ ਕਿਸੇ ਕਿਹਾ? ਸਾਰਾ ਪਿੰਡ ਗਵਾਏ ਤੇਰੇ ਬਾਪੂ ਦਾ ਕਤਲ ਨਹੀਂ ਐਕਸੀਡੈਂਟ ਹੋਇਆ ਸੀ। ਬੇਬੇ ਨਾਲ ਦੇ ਪਿੰਡ ਘੁੱਦੇ ਨੇ ਦੱਸਿਆ। ਹੋਰ ਅਮਲੀਆ ਕੀ ਹਾਲ ਚਾਲ ਹੈ? ਉਹ ਚੱਲ ਹਾਲ ਚਾਲ ਤਾਂ ਵਧੀਆ ਚਾਹੀਦਾ। ਉਹ ਸੀ ਤਿਆ। ਹਾਂ ਬਈ। ਤਾਂ ਇੱਕ ਗੱਲ ਜੀ ਨਹੀਂ ਸੁਣੀ? ਨਾ ਬਈ। ਉਹ ਪਤੰਦਰਾ ਗੱਲ ਤਾਂ ਪਿੰਡ ਚ ਕਬੂਤਰਾਂ ਵਾਂਗੂ ਉੱਡੀ ਫਿਰਦੀ ਹੈ। ਅੱਛਾ ਬਈ, ਕੀ ਹੋਇਆ? ਉਹ ਕੁੱਦਾ ਨੀ, ਹਾਂ ਬਈ, ਸਰਦਾਰਾਂ ਦਾ ਸੀਰੀ, ਉਹ ਕੱਲ ਉਹਦੀ ਕੁੜੀ ਦਾ ਕੰਮ ਜਾ ਹੋਣ ਲੱਗਿਆ ਸੀ। ਅੱਛਾ ਬਈ, ਉਹ ਜਿਹੜੇ ਪਿੰਡ ਦਾ ਕੋਈ ਰਾਜਾ ਬਾਬੂ ਨੀ ਬਈ, ਉੱਥੇ ਕੀ ਕਰੂਗਾ ਕੋਈ? ਗਰੀਬ ਦੀ ਤਾਂ ਲੋਕ ਗੱਲ ਵੀ ਚੱਬ ਕੇ ਕਰਦੇ ਨੇ। ਇਹਨਾਂ ਨੂੰ ਕੋਈ ਬਰਾਬਰ ਦਾ ਨੀ ਟੱਕਰਿਆ। ਜਿੱਦੇ ਕੋਈ ਬਰਾਬਰ ਦਾ ਟੱਕਰ ਗਿਆ ਨਾ, ਫੇਰ ਦੇਖੀ ਭੱਜਦਿਆਂ ਨੂੰ ਬਾਹਰ ਨੀ ਥੇ ਹੋਣੇ। ਸਮਾਂ ਬੀਤਦਾ ਗਿਆ। ਸਮੇਂ ਦੇ ਹਿਸਾਬ ਨਾਲ ਸਿਕੰਦਰ ਵੀ ਵੱਡਾ ਹੋ ਗਿਆ ਸੀ। ਚੱਲ ਭੈਣੇ ਤੂੰ ਮੂਰੇ ਚੱਲ, ਮੈਨੂੰ ਤਾਂ ਡਰ ਕਰ ਲੱਗਦਾ। ਤੂੰ ਚੱਲ। ਹਾਂ ਕੰਮੋ, ਦੱਸ ਪੁੱਤ ਕਿਵੇਂ ਆਈਆਂ? ਚਾਚੀ ਉਸਦਾ ਵੀਰੇ ਦੇ ਰੱਖੜੀ ਬੰਨਣ ਆਈ ਸੀ। ਤੁਸੀਂ ਬਹਿ ਜਾਓ, ਸਿਕੰਦਰ ਅਜੇ ਸੁੱਤਾ ਹੋਇਆ, ਮੈਂ ਉਠਾਉਂਦੀ ਹਾਂ। ਸਿਕੰਦਰ ਉੱਠ ਜਾ, ਸੂਰਜ ਸਿਰ ਤੇ ਚੜ੍ਹਿਆ ਆਈ। ਕੁੜੀਆਂ ਰੱਖੜੀਆਂ ਬੰਨਣ ਆਈਆਂ ਈ, ਥੱਲੇ ਆ ਜਾ ਜਲਦੀ। ਓ ਬੇਬੇ ਕੀ ਹੈ, ਛੁੱਟੀ ਵਾਲੇ ਦਿਨ ਤਾਂ ਸੌਣ ਦੇ ਦਿਆ ਕਰ ਰੱਜ ਕੇ। ਚੱਲ ਆਉਣਾ। ਲੈ ਤੂੰ ਇਹਤੇ ਬੰਦੇ ਕੰਮੋ, ਤੂੰ ਭੈਣੇ ਇਹਤੇ ਬੰਦੇ। ਆ ਲੈ ਕੰਮੋ, ਆ ਲੈ ਪੁੱਤ, ਜਿਉਂਦੀਆਂ ਰਹੋ, ਰੱਬ ਸੋਨੂੰ ਲੰਮੀ ਉਮਰ ਲਾਵੇ। ਚੰਗਾ ਬੇਬੇ, ਜੀ ਲਾ ਕੇ ਰਹੀ, ਮੈਂ ਛੇਤੀ ਗੇੜਾ ਮਾਰੂੰਗਾ। ਧਿਆਨ ਨਾਲ ਜਾਈ। ਓ ਜੀ ਲਾ ਕੇ ਰਹੀ ਬੇਬੇ। ਓ ਤੂੰ ਫਿਕਰ ਨਾ ਕਰ, ਮੈਂ ਟਾਈਮ ਲੱਗਦੀ ਸੀ ਬੇਬੇ ਨਾਲ ਗੱਲ ਕਰਦਾ ਆਪਣੇ ਵਿਆਹ ਦੀ। ਇਹ ਕੀ ਬਦਤਮੀਜ਼ੀ ਹੈ ਹੀਰੋ, ਹੱਥ ਛੱਡ ਮੇਰਾ, ਹੱਥ ਛੱਡ ਮੇਰਾ, ਹੱਥ ਛੱਡ ਮੇਰਾ। ਇਹਦੇ ਨਾਲ ਤਾਂ ਕਿਸੇ ਹਿਜੜੇ ਨਾਲ ਲਾ ਲਾਂਦੀ, ਸਲਾਹ ਤਾੜੀਆਂ ਮਾਰ ਲਏ ਕੰਮ ਤਾਂ ਆਉਂਦਾ। ਚਲੋ ਓਏ।
ਬੇਬੇ ਨੇ ਹੱਥ ਨਾ ਬੰਨੇ ਹੁੰਦੇ ਮੇਰੇ ਤਾਂ ਹੀਰੋ ਤੂੰ ਅੱਜ ਦੱਸ ਦਿੰਦਾ ਵੇ ਕਿ ਕੁੜੀ ਦਾ ਹੱਥ ਕਿਵੇਂ ਫੜੀ ਮੈਂ ਲੰਘ ਜਾ ਲੰਘ ਜਾ ਘਰੇ ਜਾ ਕੇ ਬੇਬੇ ਤੋਂ ਚੂੜੀਆਂ ਪਵਾ ਲਾ ਇਹਦੇ ਨਾਲ ਤਾਂ ਕਿਸੇ ਹੀਜੜੇ ਨਾਲ ਲੜਾਂ ਦੀ ਸਲਾਹ ਤਾੜੀਆਂ ਮਾਰਨ ਦੇ ਕੰਮ ਤਾਂ ਆਉਂਦਾ ਲੱਗਿਆ ਗਰੀਬ ਦੇ ਹੱਥ ਚੱਕਣ ਬਰੋਬਰ ਦੇ ਨਾਲ ਐ ਪੰਗਾ ਜੇ ਲੈਣ ਲੱਗਿਆ ਤਾਂ ਸਾਡਾ ਮੇਰੇ ਮੁੰਡੇ ਨੂੰ ਕਿਉਂ ਲੱਗਿਆ ਮਾਰਨ ਜੇ ਇੰਨੀ ਖੂਨ ਚ ਗਰਮੀਆਂ ਲੈ ਲੈ ਆਪਦੇ ਪਿਓ ਦਾ ਬਦਲਾ ਕਿਸੇ ਨੇ ਸੱਚ ਹੀ ਕਿਹਾ ਕਿ ਜੱਟ ਦਾ ਪੁੱਤ ਗੋਲੀ ਤਾਂ ਜਰ ਸਕਦਾ ਪਰ ਤਾਨਾ ਕਦੇ ਵੀ ਨਹੀਂ ਜਰ ਸਕਦਾ
ਸਿਕੰਦਰ ਨੂੰ ਉਹੀ ਤਾਨੇ 20 ਸਾਲਾਂ ਬਾਅਦ ਫਿਰ ਵੱਜਣ ਲੱਗ ਪਏ ਜਿਸ ਦੇ ਡਰ ਤੋਂ ਉਸਦੀ ਮਾਂ ਨੇ ਉਸਨੂੰ ਦੂਰ ਪੜ੍ਹਨ ਲਈ ਸ਼ਹਿਰ ਵਿੱਚ ਭੇਜ ਦਿੱਤਾ ਸੀ। ਬੇਬੇ ਬੇਬੇ ਕੀ ਹੋਇਆ ਪੁੱਤ, ਇੰਨਾ ਘਬਰਾਇਆ ਕਿਉਂ ਏ? ਸੱਚ ਦੱਸ ਬੇਬੇ, ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ। ਮੇਰੇ ਬਾਪੂ ਦਾ ਕਦਰ ਕਿਹਨੇ ਕਰਿਆ ਸੀ? ਤੈਨੂੰ ਕਿੰਨੀ ਵਾਰ ਕਿਹਾ ਮੇਰੇ ਸਾਹਮਣੇ ਇਹੋ ਜਿਹੀ ਗੱਲ ਨਾ ਕਰਿਆ ਕਰ। ਜੇ ਆਸ ਵਾਜੇ ਇਹੋ ਜਿਹੀ ਗੱਲ ਕੀਤੀ ਮੇਰੀ ਮਰੀ ਹੋਈ ਤਾਂ ਮੂੰਹ ਵੇਖੇਗਾ। ਚੱਲ ਠੀਕ ਹੈ ਬੇਬੇ, ਮੇਰੀ ਸ਼ਕਲ ਵੀ ਹੁਣ ਉਸ ਦਿਨ ਦੇਖ ਲਈ ਜਿਸ ਦਿਨ ਦੱਸ ਦੇਂਗੇ ਮੇਰੇ ਬਾਪੂ ਦਾ ਕਦਰ ਕਿਹਨੇ ਕਰਿਆ ਸੀ। ਸਿਕੰਦਰ ਪੁੱਤ ਦਰਵਾਜ਼ਾ ਤਾਂ ਖੋਲ, ਪੁੱਤ ਦਰਵਾਜ਼ਾ ਤਾਂ ਖੋਲ। ਨਹੀਂ ਬੇਬੇ, ਇਹ ਗੇਟ ਹੁਣ ਉਹਦੀ ਖੁੱਲੂਗਾ ਜਦੋਂ ਦੱਸ ਦੇਂਗੇ ਕਿ ਬਾਪੂ ਜੀ ਦਾ ਕਦਰ ਕਿਹਨੇ ਕੀਤਾ ਸੀ। ਲੈ ਸੌਂ ਪੁੱਤ, ਫਿਰ ਇਹ ਉਸ ਕਾਲੀ ਰਾਤ ਦੀ ਗੱਲ ਹੈ। ਇਸ ਕਾਲੀ ਰਾਤ ਨੇ ਸਾਡੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤੇਰੇ ਬਾਪੂ ਜੀ ਉਸਦੇ ਗੁਰੂ ਘਰ ਵਿੱਚ ਮੱਥਾ ਟੇਕਣ ਗਏ, ਪਰ ਉਹ ਉਸ ਤੋਂ ਬਾਅਦ ਵਾਪਸ ਪਰਤ ਕੇ ਹੀ ਨਹੀਂ ਆਏ। ਉਹਨਾਂ ਦੀ ਤਾਂ ਬਸ ਲਾਸ਼ ਹੀ ਆਈ। ਪੁੱਤ, ਜਿਹਨੇ ਕਤਲ ਕੀਤਾ ਸੀ ਉਹ ਤੇਰਾ ਚਾਚਾ ਹੀ ਸੀ, ਹੋਰ ਕੋਈ ਨਹੀਂ ਸੀ। ਨਾ ਪੁੱਤ, ਅੱਜ ਤੋਂ 20 ਸਾਲ ਪਹਿਲਾਂ ਮੇਰੀ ਗਲਤੀ ਤੇਰੇ ਪਿਓ ਨੇ ਕੀਤੀ ਸੀ, ਤੂੰ ਵੀ ਅੱਜ ਉਹੀ ਕਰਨ ਲੱਗਾ ਹੈ। ਮਾਂ ਮੇਰੀ ਬਾਹ ਛੱਡ ਤੇ, ਮੈਂ ਤਾਂ ਹੁਣ ਲੋਕ ਦੇਖ ਦੇਖ ਕੇ ਜਰੇ ਨਹੀਂ ਜਾਂਦੇ। ਸਾਹਿਬ ਜੀ, ਇੱਕ ਗੱਲ ਪੁੱਛਣੀ ਸੀ। ਜਦ ਵੀ ਤੁਸੀਂ ਪੰਚਾਇਤ ਕਰਨ ਜਾਂਦੇ ਹੋ, ਆਹ ਪੱਗ ਕਿਉਂ ਬੰਨ ਕੇ ਜਾਂਦੇ ਹੋ? ਮੈਨੂੰ ਤਾਂ ਅੱਜ ਤੱਕ ਨਹੀਂ ਸਮਝ ਲੱਗੀ। ਕਮਲੀਏ, ਮੇਰੇ ਬਾਪੂ ਜੀ ਦੀ ਪੱਗ ਹੈ। ਜਦੋਂ ਵੀ ਮੈਂ ਪੰਚਾਇਤ ਕਰਨ ਜਾਂਦਾ, ਮੈਨੂੰ ਇਹ ਲੱਗਦਾ ਕਿ ਮੇਰੇ ਬਾਪੂ ਮੇਰੇ ਨਾਲ ਨਾਲ ਜਾ ਰਿਹਾ। ਬਾਕੀ ਤੋਂ ਵਾਲੀਆਂ ਗੱਲਾਂ ਨਾ ਕਰਿਆ ਕਰ, ਘਰ ਦਾ ਕੰਮ ਤੁਹਾਨੂੰ ਜਿੱਤੇ ਆਉਂਦਿਆ ਕਰ। ਰੇ
ਦੀ ਪੱਗ ਸੰਭਾਲ ਕੇ ਰੱਖੀ। ਇਹ ਖਾਰ ਖੂਆ ਲਾਈ ਵੇ।